ਹਾਜਰਾ ਦੋਸਤੋ ਮੈਂ ਦੇਸਰਾਜ ਕਾਲੀ ਔਰ ਪ੍ਰੋਗਰਾਮ ਹੈ ਬੋਲ ਜ਼ੁਬਾਨ ਅਬ ਤੇਰੀ ਹੈ বিজেপি ਲਈ ਬੜੀ ਔਖੀ ਘੜੀ ਆਈ ਹੋਈ ਹੈ ਕਾਫੀ ਦੇਰ ਦੀ ਆਈ ਹੋਈ ਹੈ ਸਾਲ ਸਵਾ ਸਾਲ ਜੱਦਾ ਖਾਸ ਕਰਕੇ ਕਿਸਾਨਾਂ ਨੇ ਮੋਰਚਾ ਲਾਇਆ ਹੈ ਪਰ ਹੁਣ ਤਾਂ ਐਨ ਪੀਕ ਤੇ ਲਗਭਗ ਸਾਰੀਆਂ ਖਾ ਪੰਚਾਇਤਾਂ ਨੇ ਸਮਾਜਿਕ ਬਾਈ ਕਾਰਡ ਦਾ ਸੱਦਾ ਦਿੱਤਾ ਹੋਇਆ ਹੈ 7 ਸਾਲ ਪੂਰੇ ਕੀਤੇ ਨੇ ਤੇ 7 ਸਾਲ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਲ ਤੇ ਉਹ ਕਹਿੰਦੇ ਜੀ ਜੋ 70 ਸਾਲਾਂ ਚ ਨਹੀਂ ਹੋਇਆ ਸੀ ਸੱਤਾ ਚ ਕਰਕੇ ਦੱਸਤਾ ਔਰ ਉਹ ਸੈਲੀਬ੍ਰੇਟ ਕਰਨ ਨੂੰ ਲੈ ਕੇ ਨਿਕਲੇ ਜਦੋਂ ਲੀਡਰ ਬਬੀਤਾ ਫੋਗਾਠ ਬੜੀ ਬੜੀ ਲੀਡਰ ਹੈ ਚਰਖੀ ਦਾਦਰੀ ਵੱਲੋਂ ਨਿਕਲੇ ਸੀਗੇ ਉਹ ਮਹਿਲਾ ਕਮਿਸ਼ਨ ਦੇ ਚੇਅਰ 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 ਪਰਸਨ ਇਹੋ ਮਹਿਲਾ ਵਿਕਾਸ ਨਿਗਮ ਚਰਕੀ ਦਾਦਰੀ ਦੇ ਏਰੀਏ ਚ ਨਿਕਲੇ 7 ਸਾਲਾਂ ਦੇ ਜਸ਼ਨ ਪਰ ਥਾਂ ਥਾਂ ਤੇ ਕਿਸਾਨਾਂ ਦਾ ਜਦੋਂ ਵਿਰੋਧ ਚੱਲਣਾ ਪਿਆ ਕੱਚੇ ਰਾਹਾਂ ਥਾਣੀ ਕਿਵੇਂ ਬਚ-ਬਚ ਕੇ ਬੰਦਾ ਨਿਕਲਦਾ ਫਿਰ ਫਿਰ ਘੇਰੇ ਗਏ ਆਫਟਰ ਆਲ ਇੱਕ ਅੱਡੇ ਦੇ ਉੱਤੇ ਔਰ ਬਹੁਤ ਜ਼ਬਰਦਸਤ ਵਿਰੋਧ ਉਹਨਾਂ ਦੇ ਡਿਸਟ੍ਰਿਕਟ ਪ੍ਰਧਾਨ ਵੀ ਨਾਲ ਸੀ ਔਰ 10-12 ਗੱਡੀਆਂ ਦਾ ਕਾਫਲਾ ਜ਼ਬਰਦਸਤ ਵਿਰੋਧ ਕਿਸਾਨਾਂ ਵੱਲੋਂ ਦਰਜ ਕਰਵਾਇਆ ਗਿਆ ਪੁਲਿਸ ਨੇ ਪੂਰੀ ਚੌਕਸੀ ਦੇ ਨਾਲ ਪਤਾ ਨਹੀਂ ਵਿੱਚ ਬਚਾ ਕਿਵੇਂ ਕਰਕੇ ਉਹਨਾਂ ਨੂੰ ਬਾਹਰ ਲੈ ਕੇ ਆਂਦਾ ਗੱਡੀ ਤੋਂ ਦੂਰ ਲੈ ਕੇ ਗਏ ਉਹ ਸਾਰੇ ਵਿਰੋਧ ਦੇ ਚੱਲਦਿਆਂ ਇਹ ਨਿਸ਼ਾਨਦੇ ਹੀ ਹੈ ਭਾਜਪੀ ਦੇ ਬਿਲਕੁਲ ਥੱਲੇ ਤੱਕ ਦੇ ਵਿਰੋਧ ਦੀ ਨਿਸ਼ਾਨਦੇ ਹੀ ਹੈ ਦੇਖੋ ਸਾਨੂੰ ਬਹੁਤ ਬਾਰੀਕ ਕਈ ਵਾਰ ਇਸ ਸਟੱਡੀ 'ਚ ਜਾਣਾ ਪੈ ਜਾਂਦਾ ਹੈ ਮੈਂ ਦੇਖ ਰਿਹਾ ਸੀ ਸੋਸ਼ਲ ਪੋਲੀਟੀਕਲੀ ਐਯੂਪੀ ਦੇ ਏਰੀਆ ਹਰਿਆਣੇ ਦਾ ਉਹ ਏਰੀਆ ਜਿੱਥੇ-ਜਿੱਥੇ ਕਿਸਾਨੀ ਹੈ ਉਹਦਾ ਇੱਕ ਹਿਸਟੋਰੀਕਲ ਬੈਕਗ੍ਰਾਉਂਡ ਹੈ ਕਿ ਉਹਨਾਂ ਦੇ ਮਨਾਂ ਦੇ ਵਿੱਚ ਆਰੀਆ ਸਮਾਜ ਦੇ ਪ੍ਰਚਾਰ ਪ੍ਰਸਾਰ ਨੇ ਉਹਨਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਹਿੰਦੂ ਵਾਲੀ ਫੀਲਿੰਗ ਜਿਹੜੀ ਸੀਗੀ ਉਹ ਇੱਕ ਬੀਜ ਰੂਪ 'ਚ ਪਈ ਸੀ ਜੇ ਇਸ ਵੇਲੇ મોદી ਹੋਰੀ ਬੀਜਪੀ ਪੋਲਰਾਈਜੇਸ਼ਨ ਦੇ ਮੱਦੇ ਨਜ਼ਰ ਹਿੰਦੂ ਹਿੰਦੂ ਆਸ਼ੀਰਵਾਦ ਇਹੋ ਜਿਹੀਆਂ ਭਾਵਨਾਵਾਂ ਲੈ ਕੇ ਆਉਂਦੇ ਨੇ ਤੇ ਉਹ ਦੱਬਿਆ ਪਿਆ ਬੀਜ ਜਿਹੜਾ ਕਿਤੇ ਵੇਲੇ ਆਰੀਆ ਸਮਾਜ ਨੇ ਬੀਜਿਆ ਸੀ ਜਿਹੜਾ ਕਿਤੇ ਸਰ ਛੋਟੂ ਰਾਮ ਹੋਰੀ ਬੀਜ ਗਏ ਸੀ ਉਹ ਸਾਰੇ ਦਾ ਸਾਰਾ ਬੀਜ ਫੇਰ ਪੁੰਗਰ ਕੇ ਇੱਕਦਮ ਉਹ ਪੌਦਾ बन ਜਾਂਦਾ ਆ ਔਰ ਇਹਨਾਂ ਨੂੰ ਇੱਥੋਂ ਇੰਨੀਆਂ ਕਵੋਟਾਂ ਮਿਲਦੀਆਂ ਕਿ ਯੂਪੀ ਦੇ ਵਿੱਚ ਯੋਗੀ ਦਿੱਤੇ ਨਾ ਆ ਦੀ ਸਰਕਾਰ ਔਰ ਇੱਧਰ ਖੱਟਰ ਹੋਰਾਂ ਦੀ ਸਰਕਾਰ ਜਿਹੜੀ ਆ ਉਹ ਬੜੀ ਬਰੀਕੀ ਚ 100 ਸਾਲ ਪਿੱਛੇ ਤੁਸੀਂ ਚਲੇ ਜਾਓ ਕਿਸਾਨ ਮੂਵਮੈਂਟ ਦੇ ਤੁਸੀਂ ਚਲੇ ਜਾਓ ਪਗੜੀ ਸੁਨਹਾਲ ਜੱਟਾ ਮੂਵਮੈਂਟ ਚਲੇ ਜਾਓ ਤਾਂ ਤੁਹਾਨੂੰ ਯਾਦ ਆ ਜਾਏਗਾ ਕਿ ਕਿਵੇਂ ਸਰਦਾਰ ਰਜੀਤ ਸਿੰਘ ਹੋਣੀ ਲਾਲਾ ਲਾਜਪਤਰਾਏ ਹੋਰੀ ਉਹ ਉਹਨਾਂ ਦਾ ਪਰਿਵਾਰ ਪੂਰਾ ਸਰਦਾਰਜੀਤ ਸਿੰਘ ਹੋਰਾਂ ਦਾ ਉਹਨਾਂ ਦਾ ਬਾਪ ਅਰਜਨ ਸਿੰਘ ਹੋਰੀ ਉਹ ਸਾਰੇ ਕਿਵੇਂ ਆਰੀਆ ਸਮਾਜ ਤੋਂ ਕਿਵੇਂ ਪ੍ਰਭਾਵਿਤ ਸੀਗੇ ਔਰ ਉਹ ਸਾਰੀ ਦੀਆਂ ਸਾਰੀਆਂ ਫੀਲਿੰਗਸ ਜਿਹੜੀਆਂ ਮੁਰਕੇ ਉਹਨੂੰ ਫਰੂਟ ਜਿਹੜਾ ਖਾਦਾ ਉਹ ਭਾਜਪਾ ਨੇ ਖਾਦਾ ਮੋਦੀ ਸਰਕਾਰ ਬਣਾਉਣ ਦੇ ਵਿੱਚ ਮਦਦ ਤੋਂ ਕੋਈ ਸੀ ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਨਰਿੰਦਰ ਮੋਦੀ ਹੋਰਾਂ ਦਾ ਗ੍ਰਾਫ ਮੂੰਹ ਦੇ ਮੂੰਹ ਡਿਗਣਾ ਔਰ ਭਾਜਪਾ ਦੇ ਲੀਡਰਸ਼ਿਪ ਪ੍ਰਤੀ ਭਾਜਪਾ ਐਜ਼ ਪਾਰਟੀ ਦੇ ਪ੍ਰਤੀ ਉਥੇ ਦੀਆਂ ਖਾਪ ਪੰਚਾਇਤਾਂ ਦਾ ਹੋ ਜਾਣਾ ਇਹਨਾਂ ਦੇ ਮਾੜੇ ਦਿਨਾਂ ਦੀ ਨਿਸ਼ਾਨਦੇਹੀ ਹੈ ਇਹ ਕਹਿੰਦੇ ਸੀ ਅੱਛੇ ਦਿਨ ਆਨੇ ਵਾਲੇ ਹਨ ਲੋਕਾਂ ਦੇ ਆਪਣੇ ਅੱਛੇ ਦਿਨ ਇਹਨਾਂ ਨੇ ਲੈ ਆਂਦੇ ਹੁਣ ਇਹਨਾਂ ਦੇ ਮਾੜੇ ਦਿਨ ਰਿਵਰਸ ਗियर ਲੱਗ ਗਿਆ ਉਹਨਾਂ ਦੇ ਮਨਾਂ ਦੇ ਵਿੱਚੋਂ ਉਸ ਕਿਸਾਨੀ ਦੇ ਮਨਾਂ ਦੇ ਵਿੱਚੋਂ ਜਿਨ੍ਹਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਬੀਜ ਬੀਜਿਆ ਸੀ ਹਿੰਦੂਤਵ ਦਾ ਆਰੀਆ ਸਮਾਜ ਨੇ ਇਹਨਾਂ ਨੇ ਉਹ ਪੌਦਾ ਬਣਾਤਾ ਲਾਹਾ ਲੈ ਲਿਆ ਵੋਟਾਂ ਲੈ ਲਈਆਂ ਹੁਣ ਲਗਾਤਾਰ ਲਗਭਗ 1.5 ਸਾਲ ਤੋਂ ਉੱਪਰ ਪੰਜਾਬ 'ਚ ਹੋ ਗਿਆ ਹੈ 6 ਮਹੀਨੇ ਤੋਂ ਬਾਰਡਰ ਤੇ ਹੋ ਗਿਆ ਹੈ ਔਰ ਹਰਿਆਣਾ ਉਦੋਂ ਤੋਂ ਹੀ ਨਾਲ ਹੈ ਲਗਭਗ 6 ਮਹੀਨਿਆਂ 'ਚ ਫਿਰ ਯੂਪੀ ਵੈਸਟਰਨ ਯੂਪੀ ਖਾਸ ਕਰਕੇ ਮੈਂ ਫਿਰ ਬਾਰ-ਬਾਰ ਹਿਸਟੋਰਿਕਲੀ ਕਹਿ ਰਿਹਾ ਕਿ ਉਹ ਥਾਵਾਂ ਜਿੱਥੇ ਆ ਰਿਹਾ ਸਮਾਜ ਦਾ ਪ੍ਰਭਾਵ ਸੀ ਕਿਸਾਨੀ 'ਚ ਉਹਨਾਂ ਥਾਵਾਂ ਦੇ ਉੱਤੇ ਭਾਜਪਾ ਦਾ ਵਿਰੋਧ ਹੋ ਜਾਣਾ ਜਿਹੜਾ ਨਾ ਬਹੁਤ ਮਹੱਤਵਪੂਰਨ ਗੱਲ ਹੈ ਵਾਪਰੀ ਹੈ ਘਟਨਾ ਹੈ ਸੋਸ਼ਲ ਚੇਂਜ ਹੈ ਸਮਾਜਿਕ ਬਦਲਾਅ ਹੈ ਜਿਹੜਾ ਜੇਨੂ ਜੇਨੂ ਬਿਲਕੁਲ ਸਾਨੂੰ ਉਹਨੂੰ ਰੈਡਕਣਾ ਪਏਗਾ ਉਹਦੀ ਉਹਦੀ ਗਹਿਰਾਈ ਚ ਉਹਦੇ ਸਾਰੇ ਸੋਸ਼ੀਓ ਪੋਲੀਟਿਕਲ ਸੋਸ਼ੀਓ ਕਲਚਰਲ ਸੋਸ਼ੀਅਲ ਰਿਲੀਜੀਅਸ ਸੋਸ਼ੀਓ ਇਕਨੋਮਿਕ ਐਸਪੈਕਟਸ ਦੇ ਉੱਤੇ ਜਦੋਂ ਅਸੀਂ ਦੇਖਦੇ ਆ ਤਾਂ ਬੀਜੇਪੀ ਵਾਸਤੇ ਬਹੁਤ ਮਾੜੇ ਦਿਨਾਂ ਦੀ ਨਿਸ਼ਾਨਦੇਹੀ ਹੈ ਇਹ ਇਹ ਅਸੀਂ ਬਾਰ-ਬਾਰ ਜਿਵੇਂ 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 ਕਿਸਾਨ ਵਿਰੋਧ ਕਰ ਰਿਹਾ ਹੈ ਜਿਵੇਂ ਆਮ ਲੋਕ ਇਹਨਾਂ ਦਾ ਵਿਰੋਧ ਕਰਨਾ ਸ਼ੁਰੂ ਹੋ ਗਏ ਨੇ ਘਰੋਂ ਨਹੀਂ ਨਿਕਲਦਾ ਪੰਜਾਬ ਦੀ ਅਸੀਂ ਹਾਲਤ ਦੇਖ ਲੈਣ ਤੁਸੀਂ ਦੇਖ ਲਓ ਇਹਨਾਂ ਦੀ ਲੀਡਰਸ਼ਿਪ ਕਿਤੇ ਵੀ ਤੈਨੂੰ ਦੁਖਾਈ ਨਹੀਂ ਦਿੰਦੇ ਇੰਨੀ ਬੁਰੀ ਤਰ੍ਹਾਂ ਲੋਕ ਉਹਦਾ ਵਿਰੋਧ ਕਰਦੇ ਨੇ ਹਾਂ ਵੀ ਜੇ ਸਾਪਲਾ ਹੋਰੀ ਪਿੱਛੇ ਜੇ ਉੱਠੇ ਉਹ ਕਹਿੰਦੇ ਜੀ ਦਲਿਤ ਮੁੱਖ ਮੰਤਰੀ ਦਲਿਤ ਮੁੱਖ ਮੰਤਰੀ ਉਹ ਵੀ ਬਾਹਰ ਨਹੀਂ ਨਿਕਲੇ ਉਹਨਾਂ ਨੇ ਵੀ ਇੱਕ ਚੈਨਲ ਲਿਆ ਪ੍ਰਾਈਵੇਟ ਨਿੱਜੀ ਚੈਨਲ ਕਿਸੇ ਦਾ ਉੱਥੇ ਇੰਟਰਵਿਊ ਦੇ ਕੇ ਇਹ ਕੋਸ਼ਿਸ਼ ਕੀਤੀ ਕਿ ਕੋਈ ਹਲਚਲ ਪੰਜਾਬ 'ਚ ਪੈਦਾ ਹੋ ਕਾਰ ਸਕਣ ਪਰੰਤੂ ਨਹੀਂ ਹੋਈ ਹਾਂ ਉਹਨਾਂ ਦੀ ਉਸ ਕੋਸ਼ਿਸ਼ ਤੋਂ ਬਾਅਦ ਪਹਿਲਾਂ ਵੀ ਭਾਜਪਾ ਨੇ ਅਨਾਉਂਸ ਕੀਤਾ ਹੋਇਆ ਸੀ ਅਸੀਂ ਦਲਿਤ ਸੀਐਮ ਦਾ ਚਿਹਰਾ ਲੈ ਕੇ ਆਵਾਂਗੇ ਜੇ ਭਾਜਪਾ ਜਤਰੀਆ ਪੰਜਾਬ ਚ ਲੱਭਦੀ ਨਹੀਂ ਜਿੱਤਦਾ ਇੱਕ ਪਾਸੇ ਰਹਿ ਗਈ ਤਾਂ ਸੁਖਵੀਰ ਬਾਦਲ ਨੇ ਜ਼ਰੂਰ ਦਲਤਾਂ ਨੂੰ ਲੱਕੜ ਦੇ ਮੁੰਡੇ ਫੜਾਤੇ ਉਹਨਾਂ ਨੇ 4-5 ਦਿਨ ਪਹਿਲਾਂ ਹੀ ਅਨਾਉਂਸ ਕੀਤੇ ਨੇ ਜਨ ਸੈਕਟਰੀ ਬਣਾਏ ਨੇ ਵਾਈਸ ਪ੍ਰੈਜ਼ੀਡੈਂਟ 36 ਦੇ ਕਰੀਬ ਵਾਈਸ ਪ੍ਰੈਜ਼ੀਡੈਂਟ ਮੈਕਸਿਮਮ ਦਲਿਤ ਜਿਹੜੀ ਜਿਹੜੀ ਉਹਨਾਂ ਦੀ ਲੀਡਰਸ਼ਿਪ ਸ਼ਹਿਰਾਂ ਦੀ ਪਿੰਡਾਂ ਦੀ ਅਲੱਗ-ਅਲੱਗ ਪੰਜਾਬ ਦੀ ਹੈ ਉਹਨਾਂ ਨੂੰ ਮੈਂ ਤਾਂ ਲੱਕੜ ਦੇ ਮੁੰਡੇ ਹੀ ਕਹਾਂਗਾ ਕਿਉਂਕਿ ਉਹਨਾਂ ਨੇ ਕਹਿਤਾ ਸੀ ਡੈਪਟੀ ਸੀਐਮ ਜਿਹੜਾ ਉਹ ਅਹ ਦਲਿਤ ਹੋਏਗਾ ਸਾਡਾ ਐਸਸੀ ਐਸਸੀ ਕੋਟੇ ਚੋਂ ਦਲਿਤ ਡੈਪਟੀ ਸੀਐਮ ਹੋਏਗਾ ਬਹੁਤਿਆਂ ਨੇ ਆਪਣੇ ਕੁੜਤੇ ਪ੍ਰੈਸ ਕਰਵਾ ਲੈ ਅਹ ਪਾਰਤੋਲਣੇ ਸ਼ੁਰੂ ਕਰਤੇ ਕਿਉਂਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਸੁਖਵੀਰ ਉਹਨਾਂ ਨੇ ਰੈਲੀਆਂ ਕੀਤੀਆਂ ਸੀ ਉਦੋਂ ਤਾਂ ਐ ਲੱਗਣ ਲੱਗ ਪਿਆ ਸੀ ਕੋਰੋਨਾ ਕਰਕੇ ਉਹਨਾਂ ਨੂੰ ਰੈਲੀਆਂ ਬੰਦ ਕਰਨੀਆਂ ਪੈ ਗਈਆਂ ਕੈਪਟਨ ਅਮਿੰਦਰ ਸਿੰਘ ਉਹਨਾਂ ਨੇ ਰੋਕ ਲਾਤੀ ਪਾਰ ਉਹਨਾਂ ਨੂੰ ਆਇਆ ਲੱਗਣ ਲੱਗ ਪਿਆ ਸੀ ਅਸੀਂ ਸਰਕਾਰ ਬਣਾਵਾਂਗੇ ਦਸਣ ਲੱਗ ਪਈ ਸੀ ਸੁਖਵੀਰ ਬਾਦਲ ਹੋਰੀ ਪਾਰ ਤੋਂ ਲੱਗ ਪਈ ਸੀ ਤੇ ਜਿਨ੍ਹਾਂ ਨੂੰ ਲੱਕੜ ਦੇ ਮੁੰਡੇ ਫੜਾਏ ਆ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਉਹਨਾਂ ਨੇ ਵੀ ਮੈਂ ਫੇਰ ਕਹੂੰਗਾ ਉਹਨਾਂ ਨੇ ਔਰਤੇ ਚੰਗੀ ਤਰ੍ਹਾਂ ਪ੍ਰੈਸ ਕਰਾ ਲਿਆ ਸੀਗੇ ਡਿਪਟੀ ਸੀਐਮ ਬਾਨਨਵਾਸ ਤੇ ਪਰ ਇਹ ਬਹੁਤਾ ਬਹੁਤਾ ਵਿਜੇ ਸਾਪਲੇ ਦੇ ਰੋਲੇ ਦਾ ਹੀ ਅਸਰ ਆ ਹਾਲਾਂਕਿ ਉਹਦਾ ਰੋਲਾ ਜਿਹੜਾ ਨਾ ਭਾਜੀਪੀ ਦੇ ਵਰਕਰ ਤੱਕ ਪਹੁੰਚਿਆ ਨਾ ਬੀਜੇਪੀ ਦੇ ਲੀਡਰਾਂ ਤੱਕ ਪਹੁੰਚਿਆ ਕਿਸਾਨਾਂ ਤੱਕ ਜ਼ਰੂਰ ਪਹੁੰਚਿਆ ਜਿਨ੍ਹਾਂ ਨੇ ਫੇਰ ਵਿਰੋਧ ਦੇ ਨਾਰੇ ਲਾਉਣੇ ਸ਼ੁਰੂ ਕੀਤੇ ਹੋਏ ਆ ਬੀਜੇਪੀ ਨੂੰ ਨਿਕਲਣ ਨਹੀਂ ਦੇਣਾ ਇਹ 7 ਸਾਲਾਂ ਦੇ ਜਸ਼ਨ ਮਨਾਉਣ ਜਾਂ ਨਾ ਮਨਾਉਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਸਤਾਰ ਮਾ 77ਵੀਂ ਵਾਰ ਜਿਹੜਾ ਹੈ ਉਹ ਸੰਬੋਧਨ ਕੀਤਾ ਜੀ ਮਨ ਕੀ ਬਾਤ ਰਹੀ 7 ਸਾਲ ਪੂਰੇ ਹੋਣ ਦੇ ਉੱਤੇ ਉਹਨਾਂ ਦੀਆਂ ਦੋ ਚਾਰ ਗੱਲਾਂ ਜਿਹੜੀਆਂ ਮੈਂ ਐ ਉਹ ਕਹਿੰਦੇ ਜੀ ਸਭ ਦਾ ਵਿਕਾਸ ਸਭ ਦਾ ਸਾਥ ਸਭ ਦਾ ਵਿਸ਼ਵਾਸ ਇਹ ਐਵੇਂ ਚੱਲ ਰਿਹਾ ਹੈ ਦੇਸ਼ ਐਵੇਂ ਚੱਲ ਰਹੀ ਹੈ ਸਰਕਾਰ ਔਰ ਚੱਲ ਰਿਹਾ ਸਭ ਦਾ ਵਿਨਾਸ਼ ਇਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਆ ਕਿਉਂਕਿ ਤੁਸੀਂ ਭੁਗਤ ਭੋਗੀ ਹੋ ਤੁਸੀਂ ਜੀਐਸਟੀ ਭੋਗੀ ਤੁਸੀਂ ਡੀਮੋਨਟਾਈਜੇਸ਼ਨ ਭੋਗੀ ਤੁਸੀਂ 370 ਤੋਂ ਬਾਅਦ 68 ਨਿਕਲਦੇ ਦੇਖੇ ਜੰਮੂ ਕਸ਼ਮੀਰ ਦੇ ਤੁਸੀਂ ਨਾਗਰਿਕਾ ਤਾਂ ਸੋਧ ਕਾਨੂੰਨ ਦੇ ਸ਼ਹੀਨ ਬਾਗ ਦੇ ਗਵਾਹ ਹੋ ਤੁਸੀਂ ਦਿੱਲੀ 'ਚ ਜਿਸ ਤਰੀਕੇ ਦੀ ਗੁੰਡਾਗਰਦੀ ਹੋਈ ਚੋਣਾਂ ਦੇ ਦੌਰਾਨ ਤੁਸੀਂ ਸਾਰਾ ਹੀ ਜਾਣਦੇ ਆ ਜਿਸ ਤਰੀਕੇ ਦੀ ਵੈਸਟ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਪੈਦਾ ਹੋਏ ਉੱਥੇ ਉਹ ਤੁਸੀਂ ਜਾਣਦੇ ਆ ਇਹ ਸਾਰੇ 7 ਸਾਲਾਂ ਦੀਆਂ ਚੀਜ਼ਾਂ ਗਣਾਈਆਂ ਜਾਣ ਵਾਲੀਆਂ ਜਿਹੜੀਆਂ ਮੋਟੀਆਂ ਮੋਟੀਆਂ ਚੀਜ਼ਾਂ ਨੇ ਜਿਹੜੀਆਂ ਗਣਾਈਆਂ ਤੇ ਜੇ 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 ਤੁਸੀਂ 7 ਸਾਲ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਕੀਤਾ ਹੁੰਦਾ ਤਾਂ ਮੋਦੀ ਦਾ ਰੇਟ ਇੰਨਾ ਨਾ ਥੱਲੇ ਡਿੱਗਦਾ ਜਿਹੜਾ ਡਿੱਗ ਪਿਆ ਤੁਹਾਡੀ ਭਾਜਪਾ ਨੂੰ ਤੁਹਾਡੇ ਭਾਜਪਾ ਲੈਡ ਗਵਰਨਟਾ ਨੇ ਜਿੱਥੇ ਜਿੰਨਾ ਸਟੇਟਾਂ ਦੇ ਵਿੱਚ ਉੱਥੇ ਮੂੰਹ ਦਿਖਾਉਣ ਨੂੰ ਤੁਹਾਡਾ ਲੀਡਰ ਬਾਹਰ ਨਹੀਂ ਨਿਕਲ ਸਕਦਾ ਮੈਂ ਚਰਖੀ ਦਾਦਰੀ ਤੇ ਫੌਗਾਟ ਦੀ ਗੱਲ ਹੁਣੇ ਕਰਕੇ ਹਟਿਆ ਤੁਹਾਡੇ ਬਹੁਤ ਸਾਰੇ ਲੀਡਰਸ਼ਿਪ ਉਹਨਾਂ ਨੇ ਕਿਹਰੀਆ ਸੈਕੰਡ ਉਹਨਾਂ ਨੇ ਕਿਹਾ ਕਿ ਇਹ ਭਾਰਤ ਹੈ ਇਸ ਟਾਈਮ ਦੂਸਰੇ ਦੇਸ਼ਾਂ ਦੇ ਦਬਾਅ ਥੱਲੇ ਨਹੀਂ ਆਪਣੇ ਕਨਸੈਪਟ ਤੇ ਆਪ ਚੱਲ ਰਿਹਾ ਹੈ ਦੂਸਰਿਆਂ ਦਾ ਦਬਾਅ ਪ੍ਰਭਾਵ ਨਹੀਂ ਹੈ ਜੇ ਦੂਸਰਿਆਂ ਦਾ ਦਬਾਅ ਪ੍ਰਭਾਵ ਨਹੀਂ ਹੈ ਤਾਂ ਆਜ਼ਮਗੜ ਜ਼ਿਲ੍ਹੇ ਦੇ ਉਸ ਮੁਸਲਿਮ ਮੁੰਡੇ ਨੂੰ ਕਿਉਂ ਗ੍ਰਿਫਤਾਰ ਕਰਵਾ ਲਿਆ ਜੋਗੀ ਸਰਕਾਰ ਨੇ ਜਿਹਨੇ ਫਲਸਤੀਨੀ ਬਹਾਦਰਾਂ ਦੀ ਫੋਟੋ ਆਪਣੀ ਫੇਸਬੁੱਕ ਤੇ ਪਾਤੀ ਸੀ ਕਿੱਡੀ ਕਾਫਤ ਆਈ ਹੋਈ ਸੀ ਸਾਫ਼ ਹੈ ਪਰ ਨਿੱਕੀ ਜੀ ਗੱਲ ਤੋਂ ਪਤਾ ਲੱਗ ਜਾਣਾ ਤੁਸੀਂ ਇਜ਼ਰਾਈਲ ਦੇ ਪਾਸੇ ਕਿਉਂ ਖੜੇ ਆ ਕਿਉਂਕਿ ਬਾਈਡਨ ਹੋਰੀ ਅਮਰੀਕਾ ਜੇ ਇਸ ਤਰੀਕੇ ਦੇ ਅੱਖ ਦਿਖਾਏਗਾ ਤੁਸੀਂ ਉਹਦੇ ਤੋਂ ਬਾਹਰ ਨਹੀਂ ਹੋਣਾ ਜਿੰਨੇ ਮਰਜੀ ਲੋਕਾਂ ਨੂੰ ਕਹੀ ਜਾਓ ਫਿਰ ਉਹ ਕਹਿੰਦੇ ਜੀ ਅਸੀਂ ਆਪਣੇ ਖਿਲਾਫ ਚੱਲਣ ਵਾਲਿਆਂ ਨੂੰ ਮੂੰਹ ਤੋੜ ਜਵਾਬ ਖਿਲਾਫ ਚੱਲਣ ਵਾਲੇ ਕੌਣ ਨੇ ਜਿਨ੍ਹਾਂ ਨੂੰ ਤੁਸੀਂ ਹਰਬਰ ਨਕਸਲ ਕਹਿ ਦੇਣਾ ਖਿਲਾਫ ਚੱਲਣ ਵਾਲੇ ਕੌਣ ਨੇ ਤੁਹਾਡੇ ਕਿਸਾਨ 6 ਮਹੀਨੇ ਹੋ ਗਏ ਤੁਸੀਂ ਗੱਲ ਤੱਕ ਨਹੀਂ ਕਰਨ ਲਈ ਤਿਆਰ ਉਹਨਾਂ ਦੇ ਨਾਲ ਤੁਸੀਂ ਕਿਹੜੇ ਖਿਲਾਫ ਚੱਲਣ ਵਾਲੇ ਨੂੰ ਮੂੰਹ ਤੋੜ ਜਵਾਬ ਦਿੰਦੇ ਹੋ ਆਪਣੇ ਲੋਕਾਂ ਨੂੰ ਆਪਣੇ ਇੰਟੈਲੈਕਚੁਅਲਸ ਨੂੰ ਆਪਣੇ ਕਵੀਆਂ ਨੂੰ ਆਪਣੇ ਬਜ਼ੁਰਗ ਕਵੀਆਂ ਨੂੰ ਜੇਲ੍ਹਾਂ 'ਚ ਡਕਿਆ ਹੋਇਆ ਤੁਸੀਂ ਕੇਸ ਨਹੀਂ ਚਲਾਉਣੇ ਟੌਰਚਰ ਕਰਨਾ ਹਰ ਇੰਟੈਲੈਕਚੁਅਲ ਹਰ ਬੋਲਣ ਵਾਲਾ ਹਰ ਅਸਹਿਮਤੀ ਰੱਖਣ ਵਾਲਾ ਦੇਸ਼த்ਰੋਹੀ ਸਭ ਤੋਂ ਵੱਧ ਮੁਕਾਦਮੇ ਦੇਸ਼த்ਰੋਹ ਦੇ ਤੁਹਾਡੇ 7 ਸਾਲਾਂ 'ਚ ਪਰਚੇ ਦਰਜ ਹੁੰਦੇ ਨੇ ਇਹਦਾ ਮਤਲਬ ਕੀ ਹੈ ਵੀ ਸਭ ਕਾ ਸਾਥ ਸਭ ਕਾ ਵਿਸ਼ਵਾਸ ਹੈ ਤੁਹਾਡੇ ਨਾਲ ਜਿੱਥੇ ਆ ਵੀ ਵਿਸ਼ਵਾਸ ਆਉਂਦਾ ਹੈ ਤੁਸੀਂ ਦੇਸ਼த்ਰੋਹੀ ਕਹਿ ਕੇ ਉਹਨੂੰ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਕਹਿ ਕੇ ਮੁਸਲਮਾਨ ਦਾ ਇੱਕ ਸਥਾਨ ਕਬਰਸਤਾਨ ਜਾਂ ਪਾਕਿਸਤਾਨ ਪੈ ਦਿਸ ਇਸ ਦਾ ਸਭ ਦਾ ਵਿਸ਼ਵਾਸ ਇਹ ਘਟ ਗੈ ਨਹੀਂ ਤੀ ਤੁਹਾਡੇ ਤੋਂ ਸਹਿਮੀ ਪਈ ਹੈ ਦਲਿਤ ਤੁਹਾਡੇ ਤੋਂ ਸਹਿਮੇ ਪਏ ਨੇ ਇੰਟੈਲੈਕਚੁਅਲ ਤੁਸੀਂ ਸਾਹ ਸੂਤੇ ਹੋਏ ਉਹਨਾਂ ਦੇ ਟ੍ਰਾਈਬਲ ਨੂੰ ਤੁਸੀਂ ਜੀਣ ਜੋਗੇ ਨਹੀਂ ਛੱਡਿਆ ਔਰ ਇਹ 7 ਸਾਲ ਦਾ ਵਿਕਾਸ ਤੇ ਬਿਰੋਚ ਚੱਲਣ ਵਾਲੇ ਦਾ ਮੂੰਹ ਭੰਨਣ ਦੀ ਗੱਲ ਹੈ ਹਾਲਾਂਕਿ ਰਾਹੁਲ ਗਾਂਧੀ ਹੋਰਾਂ ਨੇ ਟਵੀਟ ਕਰਕੇ ਜਰੂਰ ਕਿਹਾ ਕਿ ਯਾਰ ਦਰੜ નિશ્ચેਦੀ ઈમાનદારી ਦੀ ਲੋੜ ਆ ਕਰੋਨਾ ਵਰਗਿਆਂ ਨਾਲ ਲੜਨ ਲਈ ਇਕਨੋਮਿਕ ਹਾਲਾਤ ਦੇ ਨਾਲ ਲੜਨ ਲਈ ਮਹੀਨੇ 'ਚ ਇੱਕ ਵਾਰ ਬੇਤੁਕੀਆਂ ਗੱਲਾਂ ਕਰਨ ਦੇ ਨਾਲ ਇਹ ਮਸਲਾ ਨਹੀਂ ਹੱਲ ਹੋਣਾ ਮੈਂ ਫੇਰ ਕਹਿ ਰਿਹਾ ਤੂੰ ਕਹਿੰਦੀ ਸੱਤ ਸਭ ਦਾ ਵਿਸ਼ਵਾਸ ਹੈ RAMDEV ਵਾਲੇ ਮਾਮਲੇ 'ਚ IMA ਤਾਂ ਕਹਿੰਦੀ ਅਸੀਂ 10000 ਕਰੋੜ ਦਾ ਦਾਵਾ ਠੋਕਾਂਗੇ ਉਹਦੇ ਤੇ ਕਿਉਂਕਿ 2000 ਤੋਂ ਉੱਪਰ ਡਾਕਟਰ ਨੇ ਵੱਡੇ-ਵੱਡੇ ਖੋਜਾਰਥੀ ਡਾਕਟਰ ਜਿਨ੍ਹਾਂ ਨੇ ਸਾਰੀਆਂ ਉਮਰਾਂ ਲਾਈਆਂ ਹੋਈਆਂ ਨੇ ਉਹਨਾਂ ਲਈ ਇਨਸਲਟਿੰਗ ਭਾਸ਼ਾ ਰਾਮਦੇਵ ਨੇ ਜੂਜ਼ ਕੀਤੀ ਇੱਕ ਵਾਰ ਨਹੀਂ ਦੋ ਵਾਰ ਨਹੀਂ ਉਹਨਾਂ ਨੇ ਐਫ ਆਈ ਆਰ ਲਾਂਚ ਕਰਨ ਲਈ ਕਿਹਾ ਸਰਕਾਰ ਕਿਉਂ ਨਹੀਂ ਬੋਲੀ ਐਸ ਮਨ ਕੀ ਬਾਤ ਚ ਰਾਮਦੇਵ ਕੀ ਬਾਤ ਕਿਉਂ ਨਹੀਂ ਹੋਈ ਕਿਉਂਕਿ ਤੁਹਾਡੇ ਮਨ ਦੇ ਮਨਸ਼ੇ ਹੋਰ ਨੇ ਤੁਹਾਡੇ ਮਨ ਦੇ ਨਕਸ਼ੇ ਹੋਰ ਨੇ ਨੈਣ ਨਕਸ਼ੇ ਹੋਰ ਨੇ ਕਹਿਣਾ ਤੁਸੀਂ ਹੋਰ ਹੁੰਦਾ ਲੋਕ ਕੀ ਭੋਗਤ ਭੋਗੀ ਨੇ ਲੋਕ ਇਸ ਮਰਹਾਲਿਆਂ ਦੇ ਵਿੱਚੋਂ ਲੰਘ ਰਹੇ ਨੇ ਲੋਕ ਦੁੱਖ ਭੋਗ ਰਹੇ ਨੇ ਲੋਕਾਂ ਨੇ ਲਾਸ਼ਾਂ ਗਿਣੀਆਂ ਆਪਣੀਆਂ ਕੈਸੇ ਕੈਸੇ ਤੁਸੀਂ ਪਤਾ ਮੈਂ ਅੱਜ ਖਬਰ ਪੜ ਰਿਆ ਸੀਗਾ ਮੇਰੇ ਰੋਂਗਟੇ ਖੜੇ ਹੋ ਗਏ ਭਤੀਜੇ ਨੇ ਉਹ ਕਿੱਟ ਪਾ ਕੇ ਨਹਿਰ ਚ ਰੋੜਤੀ ਚਾਚੇ ਦੀ লাশ ਪਰਚਾ ਦਰਜ ਹੋ ਗਿਆ ਔਰ ਜੋ ਜੋ ਯੂਪੀ ਚ ਹੋਇਆ ਸੀਗਾ ਹਾਲਾਤ ਸਾਰੇ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਜਿਹਨਾਂ ਮਰਹਾਲਿਆਂ ਚ ਲੰਘੇ ਆ ਅਸੀਂ ਕੋਈ ਨਾ ਕੋਈ ਕਿਸੇ ਨੂੰ ਡਰਦੇ ਫੋਨ ਨਹੀਂ ਕਰਦੇ ਯਾਰ ਉਧਰੋਂ ਕੋਈ ਦੁੱਖ ਭਰੀ ਖਬਰ ਨਾ ਆ ਰਹੀ ਹੋਵੇ ਅਜੇ ਵੀ ਹਾਲਾਤ ਕੋਈ ਸੁਧਰੇ ਨਹੀਂ ਐ ਅਜੇ ਵੀ ਵੈਕਸੀਨ ਦੀ ਤੁਹਾਡੇ ਕੋਲ ਕੋਈ ਪਰਵੰਦਨੀ ਹੈ ਅਜੇ ਵੀ ਤੁਹਾਡੇ ਵੈਂਟੀਲੇਟਰ ਜਿਹੜੇ ਆ ਬੰਦ ਦੇ ਬੰਦ ਪਏ ਆ ਕਿਉਂਕਿ ਉਹ ਪਤਾ ਨਹੀਂ ਕਿੱਥੋਂ ਤੁਸੀਂ ਡੱਬੇ ਜਾਂ ਚੱਕ ਕੇ ਲੋਕਾਂ ਨੂੰ ਦੇਤੇ ਸਟੇਟਾਂ ਨੂੰ ਦੇਤੇ ਕਿ ਅਸੀਂ ਤਾਂ ਭਾਈ ਭੇਜ ਦਿੱਤਾ ਤੇ ਤੁਹਾਡੀ ਗੱਲ ਹੋ ਗਈ ਪੂਰੀ 7 ਸਾਲ ਪੂਰੀ ਔਰ ਦੇਸ਼ ਬਹੁਤ ਤਰੱਕੀ ਦੇ ਉੱਤੇ ਚੱਲ ਰਿਹਾ ਆ ਆਈਐਮਏ ਦੇ ਡਾਕਟਰਾਂ ਨੂੰ ਨਹੀਂ ਜੇ ਤੁਸੀਂ ਪੁੱਛਣਾ ਜਿਹੜਾ ਡਾਕਟਰਾਂ ਨੇ ਕਿਥੇ ਮਹਾਮਾਰੀ ਤੋਂ ਬਾਅਦ ਉਹਨਾਂ ਨੇ ਜਾਨਾਂ ਗੁਆਈਆਂ ਆਪਣੀਆਂ 300 ਤੋਂ ਉੱਪਰ ਡਾਕਟਰ ਆਪਣੀ ਜਾਨ ਗਵਾ ਚੁੱਕੇ ਨੇ ਇਸ ਬਿਮਾਰੀ ਦੇ ਨਾਲ ਲੜਦਿਆਂ ਸੰਘਰਸ਼ ਕਰਦਿਆਂ ਸਾਡੇ ਸਾਡੇ ਮੈਡੀਕਲ ਸਟਾਫ ਸਾਡੀਆਂ ਉਹ ਨਰਸਾਂ ਬੀਬੀਆਂ ਜਿਹੜੀਆਂ ਜਿਨ੍ਹਾਂ ਨੇ ਲੋਕ ਦਵਾਵਾਂ ਕਰਦੇ ਨੇ ਉਹ ਸਾਰਾ ਹੀ ਸਰਕਾਰੀ ਜਿਹੜੇ ਹਸਪੀਟਲਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਪੂਰਾ ਇਕੁਪੀਮੈਂਟਸ ਵੀ ਨਹੀਂ ਸੀਗਾ ਉਹਨਾਂ ਨੇ ਲੋਕਾਂ ਨੇ ਜਦੋਂ ਲੋਕ ਲੋਕਾਈ ਮਰਦੀ ਦੇਖੀ ਉਹਨਾਂ ਨੇ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਗੈਰ ਲੋਕਾਂ ਦਾ ਭਲਾ ਕੀਤਾ ਤੇ ਤੁਸੀਂ ਉਹ ਬੰਦ ਕਰਕੇ ਭੇਜ ਦਿੱਤੇ ਵੈਂਟੀਲੇਟਰ ਉਹ ਪਏ ਰਹਿਣ ਉਹ ਐਂ ਕੁਆੜ ਖਾ ਜਾਏਗਾ ਐਂ ਸਾਰੀ ਦੀ ਸਾਰੀ ਟੈਕਸ ਪੇਅਰਸ ਦਾ ਪੈਸਾ ਜਿਹੜਾ ਆ ਤੁਸੀਂ ਪਤਾ ਨਹੀਂ ਕਿੱਧਰ ਨੂੰ ਆ ਲਾਉਣਾ ਹੁੰਦਾ ਆ ਤੇ 7 ਸਾਲ ਕਹਿੰਦੇ ਜਿਹੜਾ 70 ਸਾਲਾਂ ਚ ਨਹੀਂ ਹੋਇਆ ਉਹ 7 ਸਾਲਾਂ ਚ ਹੋ ਗਿਆ ਕੀ ਹੋਇਆ ਮੈਨੂੰ ਦਰਸ਼ਕਾਂ ਨੂੰ ਦੱਸਣ ਦੀ ਬਹੁਤ ਹੀ ਲੋੜ ਨਹੀਂ ਐ ਕੁਝ ਨਿਸ਼ਾਨੀਆਂ ਕੀਤੀਆਂ ਨੇ ਜੇ ਵੀਡੀਓ ਚੰਗੀ ਲੱਗਦੀ ਆ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਆਪਣੇ ਜ਼ਰੂਰ ਆਪਣਾ ਨੁਕਤਾ ਨਜ਼ਰ ਜ਼ਰੂਰ ਥੱਲੇ ਕਮੈਂਟ ਕਰਿਆ ਕਰੋ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਇਸ ਐਮਐਤ ਮੈਂ ਕਵਾਂਗਾ ਸਾਡੀ ਪੱਤਰਕਾਰਾਂ ਦੀ ਵੀ ਇੱਕ ਕਿਸਮ ਦੀ ਲੜਾਈ ਹੁੰਦੀ ਆ ਜਿਹੜੇ ਜਿਹੜੇ ਅਸੀਂ ਸੱਤਾ ਦੇ ਨਾਲ ਲੜ ਰਹੇ ਹੁੰਦੇ ਆ ਹਾਲਾਂਕਿ ਉਹਨਾਂ ਉਹ ਉਹ ਸਾਡੇ ਵਾਲੇ ਹਥਿਆਰ ਜਿਹੜਾ ਸ਼ਬਦ ਦਾ ਹਥਿਆਰ ਆ ਜਿਆਦਾ ਨੋਕੀਲਾ ਹੁੰਦਾ ਆ ਲੋਕਾਂ ਨੂੰ ਸੁਚੇਤ ਕਰ ਸਕਦਾ ਲੋਕਾਂ ਨੂੰ ਜਗਾ ਸਕਦਾ ਤੁਹਾਡੇ ਕਮੈਂਟ ਜਿਹੜੇ ਆ ਉਹ ਸਾਡੇ ਕਹਿ ਦੀ ਸਾਡੀ ਅਸਹਿਮਤੀਆਂ ਵਾਲੀ ਭਾਸ਼ਾ ਦੀ ਤਾਕਤ ਬਣਦੇ ਨੇ 댓्स ਵਾਈ ਮੈਂ ਬਾਰ ਬਾਰ ਕਹਿਣਾ ਹੁਣਾ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਲੋਕਾਂ ਤੱਕ ਜਿਆਦਾ ਪਹੁੰਚ ਸਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਬਹੁਤ ਮਿਹਰਬਾਨੀ